ਦੇਸ਼ ਦੇ ਵਿਚ ਅਕਸਰ ਔਰਤਾਂ ਦੇ ਛੇੜਛਾੜ ਅਤੇ ਤੰਗ ਪਰੇਸ਼ਾਨ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਦਿਖਾਈ ਦਿੰਦੇ ਨੇ ਅਤੇ ਔਰਤਾਂ ਅਜਿਹੇ ਮਾਮਲਿਆਂ ਦੇ ਵਿਚ ਕਾਨੂੰਨ ਦਾ ਸਹਾਰਾ ਲੈਂਦੀਆਂ ਨੇ, ਪਰ ਜੇਕਰ ਉਹੀ ਕਾਨੂੰਨ ਦੇ ਰਖਵਾਲੇ ਔਰਤਾਂ ਦੀ ਇੱਜ਼ਤ ਦੇ ਦੁਸ਼ਮਣ ਬਣ ਜਾਣ ਤਾਂ ਫਿਰ ਕੀ ਹੋਵੇਗਾ। ਜੀ ਹਾਂ, ਅਜਿਹਾ ਮਾਮਲਾ ਦੇਖਣ ਨੂੰ ਮਿਲਿਆ ਗੁਰਦਾਸਪੁਰ ਦੇ ਥਾਣਾ ਘਨੀਏ ਦੇ ਬਾਂਗਰ ਦੇ ਵਿਚ, ਜਿੱਥੇ ਕਿ ਕਾਊਂਟਰ ਇੰਟੈਲੀਜੈਂਸ ਬਟਾਲਾ ਦੇ ਵਿਚ ਤੈਨਾਤ ਮੁਲਾਜ਼ਮ ਨੇ ਇਕ ਕੁੜੀ ਦੇ ਘਰ ਦੇ ਵਿਚ ਜਾ ਕੇ ਝਗੜਾ ਕੀਤਾ ਅਤੇ ਆਪਣੀ ਬੰਦੂਕ ਦੇ ਨਾਲ ਫਾਇਰਿੰਗ ਕੀਤੀ ਹੈ। ਇਸੇ ਦੌਰਾਨ ਮੌਕੇ ਦੇ ਉੱਤੇ ਮੌਜੂਦ ਪਿੰਡ ਵਾਸੀਆਂ ਦੇ ਵੱਲੋਂ ਦੋਸ਼ੀ ਮੁਲਜ਼ਮ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਦੇ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਨੌਜਵਾਨ ਹੈ ਗੁਰਜੰਦ ਸਿੰਘ, ਜੋ ਇੰਟੈਲੀਜੈਂਸ ਬਿਊਰੋ 'ਚ ਲੱਗਾ ਹੋਇਆ ਹੈ, ਸਾਡੀ ਲੜਕੀ ਨੂੰ ਪਰੇਸ਼ਾਨ ਕਰ ਰਿਹਾ ਅਤੇ ਸਾਡੇ ਉਹਨੂੰ ਸਮਝਾਉਣ ਦੇ ਬਾਵਜੂਦ ਨਹੀਂ ਸਮਝ ਰਿਹਾ। ਅੱਜ ਅਗਨ ਦੇ ਧੱਕੇ ਨਾਲ ਹੀ ਅਸਲਾ ਮਿਸ਼ਨ ਲੈ ਕੇ ਸਾਡੇ ਘਰ ਆ ਗਿਆ ਅਤੇ ਸਮਝਾਉਣ ਲੱਗਾ ਅਤੇ ਪਿੱਛੇ ਉਸਨੇ ਆਪਣੀ ਭੈਣ ਅਤੇ ਭੂਆ ਨੂੰ ਪਿੱਛੇ 200 ਗਜ਼ ਪਿੱਛੇ ਰੱਖਿਆ ਸੀ ਅਤੇ ਸਾਨੂੰ ਇਹ ਆਪਣਾ ਧਮਕਾਉਣ ਲੱਗਾ। ਇਹਨਾਂ ਨੂੰ ਸਾਡੇ ਗੁਆਂਢੀ ਇਕੱਠੇ ਹੋ ਚੁੱਕੇ ਸਨ ਅਤੇ ਜਿਹਨਾਂ ਨੂੰ ਮਤਲਬ ਜਿਹਨਾਂ ਇਹ ਪੈਸੇ ਪਾ ਕੇ ਪੱਠੇ ਨਾਲ ਫਾੜ ਦਿੱਤਾ ਅਤੇ ਅਸੀਂ ਭੱਜ ਕੇ ਲੁੱਕ ਕੇ ਜਾਣ ਬਚਾਈ ਅਤੇ ਇਹਨੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਜੋ ਧੱਕੇਸ਼ਾਹੀ ਨਾਲ ਇਹ ਸਾਡੀ ਲੜਕੀ ਨੂੰ ਪਰੇਸ਼ਾਨ ਕਰ ਰਿਹਾ ਹੈ, ਉਸਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਅੱਜ ਗੁਰਿੰਦਰ ਸਿੰਘ ਵਾਸੀ ਘਨੀਏ ਦੇ ਬਾਂਗਰ ਨੇ ਪੈਟਰੋਲਿੰਗ ਦੌਰਾਨ ਆਪਣਾ ਸਟੇਟਮੈਂਟ ਦਰਜ ਕਰਾਈ ਕਿ ਉਹਦੀ ਲੜਕੀ ਪ੍ਰਾਈਵੇਟ ਸਕੂਲ 'ਚ ਅਨਮਲ ਲੜਕੀ ਟੀਚਰ ਹੈ, ਉਹਨੂੰ ਗੁਰਜੰਦ ਸਿੰਘ ਜੋ ਮਹਿਕਮਾ ਕਾਊਂਟਰ ਇੰਟੈਲੀਜੈਂਸ ਦੇ ਵਿੱਚ ਮੁਲਾਜ਼ਮ ਹੈ, ਬਟਾਲੇ ਤੈਨਾਤ ਹੈ, ਉਹ ਆਉਂਦੀ ਜਾਂਦੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਅਤੇ ਪਿੱਛਾ ਕਰਦਾ ਹੈ। ਲੜਕੀ ਨੇ ਘਰ ਆਪਣੇ ਵਾਰਸਾਂ ਨੂੰ ਦੱਸਿਆ ਵੀ ਮੈਂ ਕਾਫ਼ੀ ਪਰੇਸ਼ਾਨ ਹਾਂ ਇਸ ਚੀਜ਼ ਤੋਂ, ਤਾਂ ਵਾਰਸਾਂ ਨੇ ਉਹਨੂੰ ਦਰਜੇ ਵੱਲ ਸਮਝਾਇਆ। ਅੱਜ ਕਰੀਬ 12:30 ਦੇ ਕਰੀਬ ਗੁਰਜੰਦ ਸਿੰਘ ਜੀ ਦੇ ਬੰਦੂਕ ਲੈ ਕੇ ਦੁਰਾਲੀ ਬਾਰਾਂਪੁਰ ਘਰ ਆਇਆ। ਸਟੇਟਮੈਂਟ ਮੁਤਾਬਕ, ਗੁਰਿੰਦਰ ਸਿੰਘ ਨੇ ਸਟੇਟਮੈਂਟ ਮੁਤਾਬਕ ਦੱਸਿਆ ਵੀ ਘਰ ਉਹਨਾਂ ਨੇ ਪੁੱਛਿਆ ਵੀ ਤੁਹਾਡੀ ਲੜਕੀ ਕਿੱਥੇ ਹੈ, ਬਾਹਰ ਕੱਢੋ ਮੈਂ ਮਿਲਣਾ। ਜਦੋਂ ਉਹਨਾਂ ਨੇ ਦੱਸਿਆ ਵੀ ਲੜਕੀ ਸਾਡੀ ਹੈ ਨਹੀਂ, ਤੂੰ ਕਿਉਂ ਮਿਲਣਾ, ਤਾਂ ਉਹ ਕਹਿਣ ਲੱਗਾ ਵੀ ਮੇਰੀ ਆਪਣੀ ਵਾਈਫ ਦੇ ਨਾਲ ਪਹਿਲੀ ਘਰਦੀ ਦੇ ਨਾਲ ਅਣਬਣ ਚੱਲ ਰਹੀ ਹੈ ਅਤੇ ਮੈਂ ਇਹਦੇ ਨਾਲ ਵਿਆਹ ਕਰਾਉਣਾ ਅਤੇ ਮੇਰੀ ਭੈਣ ਅਤੇ ਭੂਆ ਵੀ ਨਾਲ ਆਈਆਂ ਅਤੇ ਜੋ ਬਾਹਰ ਗੱਡੀ 'ਚ ਹੈ ਅਤੇ ਮੈਂ ਵਿਆਹ ਬਾਰੇ ਗੱਲ ਕਰਦੀ ਹਾਂ। ਇਸ ਗੱਲ ਨੂੰ ਲੈ ਕੇ ਸਰੀਕੇ ਭਾਈਚਾਰੇ ਦੇ ਲੋਕ ਇਕੱਠੇ ਹੋ ਗਏ, ਉਹਨਾਂ ਨੇ ਮਨਾ ਕੀਤੀ, ਵਰਜਿਆ ਅਤੇ ਬਹਿਸ ਬਸਾਈ ਹੋਣ ਲੱਗ ਪਈ। ਇਸ ਦੌਰਾਨ ਗੁਰਜੰਦ ਸਿੰਘ ਨੇ ਆਪਣੀ ਦੁਨਾਲੀ ਬੰਦੂਕ ਨਾਲ ਮਾਰ ਦੇਣ ਦੀ ਨੀਅਤ ਨਾਲ ਗੁਰਿੰਦਰ ਸਿੰਘ 'ਤੇ ਫਾਇਰ ਕੀਤਾ, ਜੋ ਇੱਕਦਮ ਉਹਨੂੰ ਦੁਨਾਲੀ ਬੰਦੂਕ ਨੂੰ ਸਾਈਡ 'ਤੇ ਕੀਤਾ, ਜੋ ਫਾਇਰ ਹੋ ਗਿਆ ਲੇਕਿਨ ਫਰਸ਼ 'ਤੇ ਲੱਗਿਆ। ਮੌਕੇ 'ਤੇ ਭੀੜ ਦੇ ਲੋਕਾਂ ਨੇ ਕਾਬੂ ਕਰ ਲਿਆ, ਜੋ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਉਹਨੂੰ ਮੁਕਦਮਾ ਦਰਜ ਕਰ ਦਿੱਤਾ ਗਿਆ ਹੈ। ਮੁਕਦਮਾ 307-452 ਘਰ ਦੇ ਅੰਦਰ ਦਾਖਲ ਹੋਇਆ ਸੀ ਅਤੇ 25-27 ਜਿੰਦਾਬਾਦ ਸਲੈਕਟ ਦਾ ਦਰਜ ਕੀਤਾ। ਜਿਹੜੀ ਵਕੂਏ ਦੇ ਵਿੱਚ ਵਰਤੀ ਬੰਦੂਕ ਬਰਾਮਦ ਹੋ ਚੁੱਕੀ ਹੈ ਅਤੇ ਇਹਦੀ ਗ੍ਰਿਫਤਾਰੀ ਜਿਹੜੀ ਕਰਕੇ ਅਗਲੀ ਪੁੱਛਗਿੱਛ ਚੱਲ ਰਹੀ ਹੈ। ਉਹਦੇ ਬਾਰੇ ਹੁਣ ਤੱਕ ਸਟੇਟਮੈਂਟ ਮੁਤਾਬਕ ਇਹੀ ਹੈ ਵੀ ਮੈਂ ਵਿਆਹ ਕਰਾਉਣ ਲਈ ਗੱਲ ਕਰਨ ਲਈ ਆਇਆ ਨਾ, ਜਿਹਨਾਂ ਨੂੰ ਉਹਨੇ ਦੱਸਿਆ ਵੀ ਉਹ ਬਾਹਰ ਗੱਡੀ 'ਚ ਨੇ, ਉਹਨਾਂ ਬਾਰੇ ਵੀ ਤਫਤੀਸ਼ ਚੱਲ ਰਹੀ, ਪੁੱਛਗਿੱਛ ਚੱਲ ਰਹੀ ਹੈ ਉਹਨਾਂ ਦਾ ਇਸ ਕੇਸ 'ਚ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ।